ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਪ੍ਰਣਾਮ। ਹਾਂਜੀ ਸੱਜਣੋ, ਕੀ ਹਾਲ ਚਾਲ ਆ, ਕਿੱਦਾਂ? ਉਮੀਦ ਆ ਕਿ ਤੁਸੀਂ ਵਧੀਆ ਹੀ ਹੋਵੋਗੇ। ਤੇ ਮੈਂ ਤੁਹਾਡਾ ਆਪਣਾ ਟੀ ਆਰ ਕੋਹਲੀ ਪੰਜਾਬ ਨਗਰ ਚੈਨਲ ਦੇ ਨਾਲ ਆਪਾਂ ਰਿਐਕਸ਼ਨ ਲੈ ਕੇ ਆਏ ਹਾਂ ਜੀ ਅੱਜ ਬਹੁਤ ਹੀ ਵਧੀਆ ਗੀਤ, ਇੱਕ ਗਾਣੇ ਦਾ ਜਿਹੜਾ ਪਾਕਿਸਤਾਨ ਦੇ ਕੁਝ ਨੌਜਵਾਨਾਂ ਵੱਲੋਂ, ਕੁਝ ਉੱਭਰਦੇ ਹੋਏ ਸਟਾਰਾਂ ਵੱਲੋਂ ਪੇਸ਼ ਕੀਤਾ ਗਿਆ ਅਬਾਊਟ ਫਾਰਮਰ ਜਿਹੜੇ ਹੁਣ ਧਰਨੇ ਲੱਗ ਰਹੇ ਨੇ ਦਿੱਲੀ ਦੇ ਵਿੱਚ, ਕਿਸਾਨ ਫਾਰਮਰ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਮੁਤਲਕ। ਪੰਜਾਬ ਸਾਈਡ ਤੋਂ ਇੱਕ ਸੌਂਗ ਆਇਆ, ਕਾਫੀ ਇਹਦੀ ਰਿਕੁਐਸਟ ਆਈ ਹੈ, ਇਸ ਕਰਕੇ ਆਪਾਂ ਇਹ 'ਤੇ ਰਿਐਕਸ਼ਨ ਕਰ ਰਹੇ ਹਾਂ। ਮੈਂ ਅਜੇ ਤੱਕ ਦੇਖਿਆ ਤਾਂ ਨਹੀਂ, ਚਲੋ ਫਿਰ ਦੇਖਦੇ ਹਾਂ ਆਪਾਂ। ਪੰਜਾਬ ਉਹ ਚੜਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਵਾਹ, ਦਿੱਲੀ ਵਿੱਚ ਡੇਰੇ, ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ, ਇਹ ਗੱਲ ਘੋਲ ਕੇ ਦਿੱਲੀ ਆ ਦੇ ਬਾਈ ਕੁੜਾ ਚ ਟਿਕਟੋਕਰ ਨੇ ਮੇਰੇ ਖਿਆਲ ਦੇ ਨਾਲ ਦੇ ਬੈਠੇ ਜੱਟਾਂ ਨੇ ਸੜਕਾਂ ਦੇ ਪਾਕਿਸਤਾਨੀ ਨੇ ਤੇ ਗੱਡਿਆਂ ਦੀ ਪਨੀਰੀ ਲਾਤੀ। ਇਹ ਉਹ ਕੌਮਾਂ ਚੋਂ ਨਾ ਧੱਕਾ ਕਰਦੇ ਆ ਤੇ ਨਾ ਹਾਂਜੀ ਧੱਕਾ ਚਰਦੇ ਆ, ਗਾਲ ਕੱਟ, ਇਹ ਤਾਂ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਖੇਤਾਂ ਦੇ ਬੇਸ਼ੱਕ ਬੰਦ ਜੀ ਕਰਦੇ ਆ। ਲਹਿੰਦਾ ਤੇ ਚੜਦਾ ਪੰਜਾਬ ਇਕੱਠੇ ਨੇ, ਜਿਹੜਾ ਵੱਡਾ ਪੁਰਾਣਾ ਸਾਂਝਾ ਪੰਜਾਬ ਆ। ਪਾਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈਆਂ ਹੱਡਾਂ ਵਿੱਚ ਚੀਸ ਬਣ ਕੇ, ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈਆਂ ਹੱਡਾਂ ਵਿੱਚ ਚੀਸ ਬਣ ਕੇ, ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਹਿਲੇ ਦੀਆਂ ਲੀਕਾਂ ਹਾਲੇ ਟੱਪੀਆਂ ਨੀ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ। ਵਧੀਆ ਯਾਰ, ਅਖੀਰ ਚੜਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਅੱਛਾ, ਚੜਦਾ ਪੰਜਾਬ ਬਾਰੇ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਹਾਂਜੀ ਹਾਂਜੀ, ਸਾਂਝਾ ਪੰਜਾਬ ਆ। ਪੰਜਾੜੀਆਂ ਤੇ ਬਣ ਦੇਣਾ ਹੋਇਆ ਜੋ ਜਵਾਨ, ਅੱਜ ਆਖਦੇ ਕਿਸਾਨ ਅੱਤਵਾਦੀ ਹੋ ਗਏ। ਕਰ ਲੋ ਹਿਸਾਬ, ਹੋਣਾ ਮੋਲ ਖਰਾਬ ਜਦੋਂ ਰਲ ਕੇ ਪੰਜਾਬ ਵਰੂ ਸੋਚ ਛੱਡਵਾ। ਚੜਦਾ ਪੰਜਾਬ ਨਹੀਂ ਪੱਲਾ ਸੋਚ ਲੋ, ਲਹਿੰਦੇ ਵੱਲੋਂ ਆਊਗਾ ਜਵਾਬ ਗੱਡਵਾ। ਪੰਜਾਬ ਨਹੀਂ ਕੱਲਾ ਸੋਚ ਲੋ, ਲਹਿੰਦੇ ਵੱਲੋਂ ਆਊਗਾ ਜਵਾਬ ਗੱਡਵਾ। ਉਹ ਕੌਣ ਕੰਨੇ ਦਾ ਵੀ, ਉਹੀ ਕੌਣ ਲੋੜ ਦਾ ਵੀ, ਉਹੀ ਕੌਣ ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਵਾਹ, ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਸਭ ਕੀੜੀਆਂ ਸੀ ਅਸੀਂ ਤੇ ਖਡੌਣੇ ਅਸੀਂ, ਸਿਆਣਿਆਂ ਦਾ ਮਾਈਂਡ ਇਹ ਕਹਿੰਦਾ ਵੀਰਿਆ, ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ। ਹੋ ਕੀ ਚੜਦਾ ਪੰਜਾਬ, ਕੀ ਆ ਲੈਂਦਾ ਵੀਰਿਆ, ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ। ਹੋ ਕੀ ਚੜਦਾ ਪੰਜਾਬ, ਕੀ ਆ ਲੈਂਦਾ ਵੀਰਿਆ, ਪੰਜਾਬ ਵਧੀਆ ਵਧੀਆ ਜੀ। ਨੋ ਫਾਰਮਰ ਨੋ ਫੂਡ ਜੀ, ਕਿਸਾਨ ਏਕਤਾ ਜ਼ਿੰਦਾਬਾਦ। ਹਾਂਜੀ ਸੱਜਣੋ, ਇਹ ਸੀ ਅੱਜ ਦਾ ਰਿਐਕਸ਼ਨ। ਰਿਐਕਸ਼ਨ ਤਾਂ ਨਹੀਂ ਕਹਾਂਗੇ, ਇੱਕ ਅਲੱਗ ਜਿਹਾ ਜਜ਼ਬਾ ਸੀ, ਇੱਕ ਨਾ
ਕਹਿ ਲਓ ਕਿ ਫੀਲਿੰਗ ਸੀ ਜਿਹੜੀ ਜਵਾਨਾਂ ਨੇ ਆਪਣੀ ਸ਼ੇਅਰ ਕੀਤੀ ਆ ਚੜ੍ਹਦੇ ਪੰਜਾਬਾਂ ਦੇ ਵੀਰਾਂ ਵਾਸਤੇ, ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਕਿਸਾਨ ਭਰਾ ਨੇ, ਸਾਡੀਆਂ ਮਾਤਾ ਸਾਡੀਆਂ ਭੈਣਾਂ ਉੱਥੇ ਲੱਗੀਆਂ ਹੋਈਆਂ ਕਿਸਾਨ ਧਰਨੇ ਦੇ ਵਿੱਚ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਪਣਾ ਖੇਤੀ ਬਚਾਉਣ ਨੂੰ, ਆਪਣੇ ਖੇਤ ਬਚਾਉਣ ਨੂੰ ਕਹਿ ਲਓ ਕਿ ਇਹ ਇੱਕ ਦਿਲ ਦੀਆਂ ਫੀਲਿੰਗ ਉਹਨਾਂ ਨੇ ਲਿਖੀਆਂ ਬਾਈ ਹੁਣਾਂ ਨੇ, ਮੇਰਾ ਖਿਆਲ ਆ ਕਿ ਡੇਰੇ ਵਾਲੇ ਬਾਈ ਦਾ ਗਾਣਾ ਇਹ, ਹਾਂਜੀ, ਅਤੇ ਉਹਨਾਂ ਨੇ ਲਿਰਿਕਸ ਲਿਖੇ ਨੇ। ਪ੍ਰਧਾਨ ਜਿਹੜਾ ਬਾਈ ਆ ਉਹ ਹੈਗੇ ਟਿਕਟੋਕਰ ਇੱਕ ਪਾਕਿਸਤਾਨ ਦੇ, ਆਈ ਥਿੰਕ ਕਾਫੀ ਮਸ਼ਹੂਰ ਨੇ, ਪਿਓਰ ਪੰਜਾਬੀ ਨੇ, ਉਹਨਾਂ ਦਾ ਬੜਾ ਐਕਸੈਂਟ ਜਿਹੜਾ ਕਮਾਲ ਦਾ ਲੱਗਦਾ। ਦੂਜੀ ਗੱਲ ਜਿਹੜੀ ਮੈਂ ਇੱਥੇ ਕਰਨਾ ਚਾਹੁੰਦਾ, ਇਹ ਸੀਗੇ ਲਿਰਿਕਸ, ਇਹ ਕੋਈ ਬਹੁਤ ਜ਼ਿਆਦਾ ਦੇਰ ਸੋਚ ਕੇ ਨਹੀਂ ਲਿਖੇ ਹੋਏ, ਬੜਾ ਬੜਾ ਚੜ੍ਹਾ ਕੇ ਲਿਖੇ ਹੋਏ, ਇਹ ਫੀਲਿੰਗ ਸੀ, ਇਹ ਆਪਣੀਆਂ ਦਿਲ ਦੀਆਂ ਫੀਲਿੰਗਸ ਸ਼ੇਅਰ ਕੀਤੀਆਂ ਗਈਆਂ ਨੇ। ਦੂਸਰਾ ਇੱਕ ਗੱਲ ਜਿਹੜੀ ਅਫਸੋਸ ਦੀ ਮੇਰੀ ਨਜ਼ਰਾਂ 'ਚ ਆਈ ਆ, ਕੁਛ ਕੁ ਦਿਨ ਪਹਿਲਾਂ ਮੈਂ ਫੇਸਬੁੱਕ 'ਤੇ ਜਾਂ ਆਈ ਥਿੰਕ ਯੂਟਿਊਬ 'ਤੇ ਕਮੈਂਟ ਪੜ੍ਹ ਰਿਹਾ ਸੀਗਾ, ਸ਼ਾਇਦ ਉਹ ਨਾ ਹੋਣ ਸਿੰਘ ਵੀਰ ਪੰਜਾਬੀ ਨਾ ਹੋਣ ਜਾਂ ਜਿਹੜੇ ਕਿਸਾਨ ਆ ਉਹ ਨਾ ਹੋਣ, ਉਹਨਾਂ ਨੇ ਨਾ ਕੀਤੇ ਹੋਣ, ਲੇਕਿਨ ਆਈਡੀਆਂ ਕਾਫੀ ਥੱਲੇ ਜਿਹੜੇ ਮੁੜ ਕੇ ਰਿਪਲਾਈ ਦਿੱਤੇ ਗਏ ਉਹ ਵੀ ਕੁਛ ਇਸ ਤਰ੍ਹਾਂ ਸੀਗੇ ਕਿ ਪਾਕਿਸਤਾਨ ਦੀ ਸਾਨੂੰ ਲੋੜ ਨਹੀਂ ਹੈਗੀ, ਅਸੀਂ ਆਪਣਾ ਮੁੱਦਾ ਆਪ ਹੱਲ ਕਰ ਲਾਂਗੇ, ਪਾਕਿਸਤਾਨੀਆਂ ਨੂੰ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈਗੀ, ਪਾਕਿਸਤਾਨੀ ਵਿੱਚ ਸ਼ਤਾਨੀ ਨਾ ਕਰਨ, ਇੱਦਾਂ ਦੇ ਕੁਛ ਨਾ ਉੱਥੇ ਲਿਖੇ ਗਏ ਕਮੈਂਟ। ਬਾਈ ਜੀ, ਸਭ ਨਾਲ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਐਜ਼ ਆ ਪਾਕਿਸਤਾਨੀ ਸਾਡਾ ਕਿਸੇ ਦੇ ਵੀ ਮੁੱਦੇ 'ਚ ਬੋਲਣਾ ਕੋਈ ਜਵਾਬ ਨਹੀਂ ਹੈਗਾ, ਨਾ ਹੀ ਸਾਨੂੰ ਲੋੜ ਆ, ਸਾਨੂੰ ਇੱਕ ਟਕੇ ਦੀ ਲੋੜ ਨਹੀਂ ਜੀ ਕਿਸੇ ਦੇ ਮਾਮਲੇ 'ਚ ਬੋਲਣ ਦੀ। ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ ਆ, ਉਸ ਰੱਬ ਸੋਹਣੇ ਦੀ ਮਿਹਰ ਆ ਕਿ ਰੱਬ ਨੇ ਸਾਨੂੰ ਇਹ ਪਾਕਿਸਤਾਨ ਇੱਕ ਇਹੋ ਜਿਹੀ ਧਰਤੀ ਦਿੱਤੀ ਆ ਜਿੱਥੇ ਸਿੱਖ, ਈਸਾਈ, ਮੁਸਲਿਮ, ਹਿੰਦੂ ਬਿਲਕੁਲ ਏਕਤਾ ਨਾਲ, ਆਜ਼ਾਦੀ ਨਾਲ, ਹਰ ਤਰ੍ਹਾਂ ਦੀ ਇੱਕ ਮੁਕੰਮਲ ਆਜ਼ਾਦੀ ਦੇ ਨਾਲ ਵੱਸ ਰਹੇ ਆ, ਜਿੱਥੇ ਕੋਈ ਟੈਨਸ਼ਨ ਨਹੀਂ। ਮੁਖਤਲਿਫ ਪ੍ਰੋਪੋਗੰਡੇ ਹੁੰਦੇ ਆ ਜੀ, ਆਹ ਸਿੱਖਾਂ ਨਾਲ ਆਹ ਵਰਤ ਗਿਆ ਅਤੇ ਹਿੰਦੂਆਂ ਨਾਲ ਉਹ, ਤੁਸੀਂ ਆਓ ਪਾਕਿਸਤਾਨ ਆਉਂਦੇ ਆ, ਹੁਣ ਤਾਂ ਅਕਸਰ ਸਿੱਖ ਵੀਰ ਹਿੰਦੂ ਆ ਜਾਣ, ਆ ਕੇ ਉਹਨਾਂ ਤੋਂ ਪੁੱਛਣ ਜਿਹੜੇ ਇੱਥੇ ਵੱਸਦੇ ਨੇ, ਸਾਡਾ ਕੋਈ ਨਹੀਂ ਹੈਗਾ, ਉਹਨਾਂ ਤੋਂ ਅੱਗੇ ਪੁੱਛੋ ਕਿੱਦਾਂ ਵੱਸਦੇ ਨੇ। ਦੂਜਾ, ਉੱਧਰ ਚੜ੍ਹਦੇ ਪੰਜਾਬ ਜਾਂ ਇੰਡੀਆ ਦਾ ਕੀ ਮਾਮਲਾ, ਅਸੀਂ ਐਜ਼ ਆ ਪੰਜਾਬੀ, ਐਜ਼ ਆ ਫਾਰਮਰ ਲੈਂਦੇ ਪੰਜਾਬ ਵੱਲੋਂ, ਚੜ੍ਹਦੇ ਪੰਜਾਬ ਦੇ ਜਿਹੜੇ ਫਾਰਮਰ ਨੇ ਜਾਂ ਓਵਰਆਲ ਇੰਡੀਆ ਦੇ ਜਿੰਨੇ ਫਾਰਮਰ ਨੇ, ਉਹਨਾਂ ਦੀ ਸਪੋਰਟ ਵਿੱਚ ਬੋਲਦੇ ਹਾਂ, ਨਾ ਕਿ ਅਸੀਂ ਕੋਈ ਹੋਰ ਮੁੱਦਾ ਜਿਹੜਾ ਤੁਸੀਂ ਕ੍ਰੀਏਟ ਕਰਦੇ ਹਾਂ, ਗੋਦੀ ਮੀਡੀਆ ਲਾ ਲਓ ਜਾਂ ਹੋਰ ਜਿਹੜੇ ਆ, ਜਿਹੜਾ ਮੁੱਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਅਸੀਂ ਉਹਦੇ ਹੱਕ 'ਚ ਨਹੀਂ ਬੋਲਦੇ, ਨਾ ਹੀ ਸਾਨੂੰ ਪਤਾ ਸਾਡੇ ਤੋਂ ਪਹਿਲਾਂ ਗੁਜ਼ਰ ਗਈ ਹੋਊਗੀ ਚੀਜ਼, ਅਸੀਂ ਹੈਗੀਆਂ ਨਵੀਂ ਜਨਰੇਸ਼ਨ। ਪੂਰੀ ਦੁਨੀਆ ਦੇ ਜਿਹੜੇ ਇਸ ਟਾਈਮ ਮਸਲੇ ਆ ਨਾ, ਉਹ ਟੇਬਲ ਟਾਕ ਦੇ ਜ਼ਰੀਏ ਨਾ ਹੱਲ ਹੋ ਰਹੇ ਆ, ਅਤੇ ਸਾਡੀਆਂ ਗੰਦੀਆਂ ਰਾਜਨੀਤੀਆਂ ਨੇ ਨਾ ਸਾਨੂੰ ਵੰਡਿਆ ਨਹੀਂ, ਵੱਢ ਕੇ ਰੱਖ ਦਿੱਤਾ। ਇਹ ਰਾਜਨੀਤੀਆਂ ਜਿਹੜੀਆਂ ਛੱਡ ਕੇ ਹੁਣ ਨਾ ਟੇਬਲ ਟਾਕ ਦੇ ਜ਼ਰੀਏ ਗੱਲਬਾਤ ਕਰਨ ਦਾ ਦੌਰ ਆ, ਕਿਸਾਨਾਂ ਨੂੰ ਕੰਮ 6 ਮਹੀਨੇ ਹੋ ਗਏ ਪਿੱਟਣ ਡਿਆਂ ਨੂੰ, ਕੀ ਗੋਦੀ ਮੀਡੀਆ ਨੇ ਉਹ ਮਸਲੇ ਹੱਲ ਕਰਵਾ ਦਿੱਤੇ? ਅੱਜ ਦਿੱਲੀ ਬੰਦ ਕਰਕੇ ਬੈਠੇ ਆ, ਸਾਡੇ ਹੱਲ 4 ਦਿਨ ਕੋਈ ਬੰਦ ਕਰਕੇ ਦਿਖਾਵੇ, ਇੱਦਾਂ ਕਿਸਾਨ ਜਾ ਕੇ ਜੇ ਹਕੂਮਤ ਪੈਰੀ ਨਾ ਗਿਰੇ ਜਵੇ ਤਾਂ ਗੱਲ ਕਰਿਓ। 0% ਰੇਸ਼ੋ ਆ ਪਾਕਿਸਤਾਨ ਦੇ ਵਿੱਚ ਕਿਸਾਨ ਖੁਦਕੁਸ਼ੀ ਦੀ, ਕਿਸਾਨ ਸੁਸਾਈਡ ਦੀ 0% ਰੇਸ਼ੋ ਆ। ਬੜੀਆਂ ਬੜੀਆਂ ਫੈਸਿਲਿਟੀਜ਼ ਦਿੱਤੀਆਂ ਹੋਣਗੀਆਂ ਇੰਡੀਅਨ ਗੌਰਮੈਂਟ ਨੇ ਕਿਸਾਨਾਂ ਨੂੰ, ਅਸੀਂ ਵੀ ਸਾਡੇ ਵੀ ਸੁਣਨ ਚਾਹੁੰਦਾ ਵਾ, ਲੇਕਿਨ ਫਿਰ ਵੀ ਜਾ ਕੇ ਦੇਖ ਲਓ ਕਿੰਨੇ ਪਰਸੈਂਟ ਉੱਥੇ ਕਿਸਾਨ ਸੁਸਾਈਡ ਆ, ਫਾਰਮਰ ਸੁਸਾਈਡ ਆ। ਅਤੇ ਦੂਜੀ ਗੱਲ ਜਿਹੜੀ ਰਹਿ ਗਈ, ਅਸੀਂ ਜਦੋਂ ਵੀ ਪੰਜਾਬੀਆਂ ਨੂੰ ਬੁਲਾਉਂਦੇ ਹਾਂ ਅਸੀਂ ਇੰਡੀਅਨ ਪੰਜਾਬੀ ਭਰਾ ਕਹਿੰਦੇ ਹਾਂ, ਨਾ ਕਿ ਅਸੀਂ ਜਿਹੜਾ ਤੁਹਾਡਾ ਮੁੱਦਾ ਖਾਲਿਸਤਾਨੀ ਵਗੈਰਾ, ਅਸੀਂ ਉਹ ਵਿੱਚ ਕ੍ਰੀਏਟ ਨਹੀਂ ਕਰਦੇ ਹੈਗੇ, ਅਤੇ ਨਾ ਹੀ ਸਾਡੇ ਅਦਾਰੇ ਜਿਹੜੇ ਆ ਜਾਂ ਸਾਡੇ ਜਿੰਨੇ ਵੀ ਹੋਰ ਮਾਮਲਾਤ ਨੇ ਉਹਨਾਂ ਕੋਲ ਇੰਨਾ ਟਾਈਮ ਆ ਇਹਨਾਂ ਚੀਜ਼ਾਂ ਵਿੱਚ ਗੁਆਉਣ ਦਾ। ਅਸੀਂ ਹੁਣ ਸਰਵਾਈਵ ਕਰ ਰਹੇ ਹਾਂ ਆਪਣੀ ਕੰਟਰੀ ਦੇ ਵਿੱਚ, ਬਹੁਤ ਸਾਰੀਆਂ ਬਾਹਰ ਦੀਆਂ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਚਵਲਾ ਮਾਰ ਕੇ ਆਪਣੇ ਗੰਦੇ ਪ੍ਰੋਪੋਗੰਡੇ ਜ਼ਰੀਏ ਪਾਕਿਸਤਾਨ ਨੂੰ ਬਹੁਤ ਬਦਨਾਮ ਕਰ ਲਿਆ, ਮੀਡੀਆ ਦੇ ਥਰੂ ਬਹੁਤ ਕੁਛ ਕਰ ਲਿਆ, ਅਸੀਂ ਹੁਣ ਸਰਵਾਈਵਿੰਗ ਕੰਟਰੀ ਹਾਂ। ਸਾਨੂੰ ਤੁਸੀਂ ਟੈਰਿਸਟ ਕੰਟਰੀ ਕਹਿੰਦੇ ਆ ਨਾ, ਅਸੀਂ ਟੈਰਿਸਟ ਨੂੰ ਸ਼ਿਕਸਤ ਦਿੱਤੀ ਆ, ਅਸੀਂ ਲੜੇ ਹਾਂ, ਅਸੀਂ 1 ਲੱਖ ਜਾਨਾਂ ਗੁਆਈਆਂ। ਅੱਜ ਆ ਜਿਹੜੇ ਗਾਣੇ ਆ ਰਹੇ ਆ ਨਾ, ਅੱਜ ਆ ਜਿਹੜੇ ਜਵਾਬ ਆ ਰਹੇ ਆ, ਇਹ ਸਿਰਫ ਐਜ਼ ਏ ਫਾਰਮਰ ਦਿਲੋਂ ਆ ਰਹੇ ਆ, ਐਜ਼ ਏ ਪੰਜਾਬੀ ਭਰਾ, ਇੰਡੀਅਨ ਪੰਜਾਬੀ ਭਰਾ, ਉਹਨਾਂ ਨੂੰ ਅਸੀਂ ਡੈਡੀਕੇਟ ਕਰ ਰਹੇ ਹਾਂ। ਹੋਰ ਸਾਡਾ ਇਹਦੇ ਪਿੱਛੇ ਕੋਈ ਮੁੱਦਾ ਨਹੀਂ, ਕੋਈ ਸਾਨੂੰ ਲੋੜ ਨਹੀਂ ਕਿਸੇ ਦੇ
ਇੰਟੀਰੀਅਰ ਮਾਮਲੇ ਦੇ ਵਿੱਚ ਬੋਲਣ ਦੀ ਜਾਂ ਸਾਨੂੰ ਕੋਈ ਇਹੋ ਜਿਹਾ ਮਸਲਾ ਵਾ, ਤੁਸੀਂ ਜਿੱਥੇ ਆ ਵਸੋ, ਖੁਸ਼ ਵਸੋ, ਸਾਡਾ ਬਸ ਇਹੀ ਪੈਗਾਮ ਆ। ਅਤੇ ਬਾਕੀ ਹੋਰ ਮੁੱਦੇ ਬਹੁਤ ਆ ਜਿਹਨਾਂ ਨੂੰ ਛੇੜ ਲਈਏ ਅਤੇ ਤੁਹਾਡੇ ਜਿਹੜੇ ਗੋਦੀ ਮੀਡੀਆ ਇਹਨਾਂ ਦੇ ਪਿੜ ਛੇੜ ਆ ਦਈਏ ਅਸੀਂ, ਜਿੰਨੇ ਕੁ ਸੱਚ ਆ ਜਿੰਨਾ ਕੁ ਝੂਠ ਆ, ਸਾਨੂੰ ਲੋੜ ਨਹੀਂ ਉਹਨਾਂ ਚੀਜ਼ਾਂ ਦੀ ਬੋਲਣ ਦੀ। ਅਤੇ ਬਾਕੀ ਲਾਹੌਰੀਆ ਪ੍ਰੋਡਕਸ਼ਨ ਸੀ ਜੀ ਇਹ, ਇਹਨਾਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਕਿ ਇਹਨਾਂ ਨੇ ਬੜਾ ਵਧੀਆ ਇੱਕ ਸੌਂਗ ਦਿੱਤਾ ਇਹ, ਅਤੇ ਆਪਣੇ ਚੜ੍ਹਦੇ ਪੰਜਾਬ ਦੇ ਫਾਰਮਰ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਜੀ, ਫਿਰ ਕਰਦੇ ਹਾਂ ਆਪਾਂ ਗੱਲਬਾਤ ਇਨਸ਼ਾਅੱਲਾ ਕਿਸੇ ਨੈਕਸਟ ਵੀਡੀਓ ਦੇ ਵਿੱਚ। ਅਗਰ ਕਿਸੇ ਗੱਲ 'ਤੇ ਕੋਈ ਵੱਧ ਘੱਟ ਹੋ ਗਈ ਹੋਵੇ ਤਾਂ ਦਿਲੋਂ ਮਾਫ਼ੀ ਮੰਗਦੇ ਹਾਂ। ਦਿਲੋਂ ਅਸੀਂ ਇਹ ਇਲਜ਼ਾਮ ਨਾ ਲਾਓ ਕਿ ਪਾਕਿਸਤਾਨੀ ਤੁਹਾਨੂੰ ਇਸ ਤਰ੍ਹਾਂ ਕਰਦੇ ਜਾਂ ਪਾਕਿਸਤਾਨੀ ਇੰਜੀਨੀਅਰ ਮਾਮਲੇ ਦੇ ਵਿੱਚ ਮਸਲਾ, ਤੁਹਾਡਾ ਆਪਣਾ ਮਸਲਾ ਸਾਹਿਬ, ਤੁਸੀਂ ਨਿਬੇੜੋ। ਅਸੀਂ ਸਪੋਰਟ ਕਰਨੀ ਹੈ ਐਜ਼ ਏ ਫਾਰਮਰ, ਐਜ਼ ਏ ਇੰਡੀਅਨ ਪੰਜਾਬੀ ਭਰਾ, ਨਾ ਕਿ ਕੋਈ ਹੋਰ ਚੀਜ਼। ਅਤੇ ਜੇ ਨਹੀਂ ਫਿਰ ਵੀ ਵਧੀਆ ਲੱਗਦਾ, ਅਤੇ ਜਿਹੜੇ ਬਹੁਤ ਯਾਨੀ ਕਿ ਸਾਡੇ ਪੰਜਾਬੀ ਭਰਾ ਅਗਰ ਸਾਨੂੰ 100% ਉਹ ਕਹਿ ਦੇਣ ਤਾਂ ਅਸੀਂ ਦੇਖਾਂਗੇ ਵੀ ਨਾ ਕਿ ਸਾਨੂੰ ਲੋੜ ਹੀ ਨਹੀਂ। ਚਲੋ ਜੀ, ਮਿਲਦੇ ਹਾਂ ਫਿਰ ਕਿਸੇ ਅਗਲੇ ਹੋਰ ਰਿਐਕਸ਼ਨ ਦੇ ਵਿੱਚ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ।